ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਅੱਜ ਮਿਤੀ 15 ਜੂਨ ਨੂੰ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਿਹਾ ਹਾਂ। ਹੁਣ ਤੁਸੀਂ ਸੁਣ ਰਹੇ ਹੋ ਕਿ ਸਰਦਾਰ ਸੁਖਬੀਰ ਸਿੰਘ ਜੀ ਇਹਨਾਂ ਦਾ ਇੱਕ ਪ੍ਰੋਗਰਾਮ ਰਹਿ ਗਿਆ ਕਿ ਸਿਮਰਨਜੀਤ ਸਿੰਘ ਮਾਨ ਨੂੰ ਭੰਡਣ ਕਰਨਾ ਹੈਗਾ। ਆ ਤੁਸੀਂ ਸੁਣ ਲਓ ਕੀ ਕਹਿ ਰਹੇ ਆ। ਇਹ ਮੇਰੇ ਘਰ ਆਏ, ਮੈਂ ਇਹਨਾਂ ਦੀ ਤੇ ਚੰਦੂ ਮਾਜਰਾ ਜੀ ਦੀ SCGPC ਦੇ ਪ੍ਰਧਾਨ ਦੀ ਭੁੰਦੜ ਸਾਹਿਬ ਦੀ ਪੂਰੀ ਇੱਜ਼ਤ ਕੀਤੀ। ਇਹਨਾਂ ਦਾ ਜਿਵੇਂ ਇਹ ਇਹਨਾਂ ਦਾ ਪਾਲਣ ਹੋਇਆ ਉਸੇ ਤਰ੍ਹਾਂ ਇਹਨਾਂ ਨੂੰ ਵਧੀਆ ਸੈਂਡਵਿਚਿਸ ਦਿੱਤੇ, ਕੋਕੋ ਕੋਲਾ ਦਿੱਤੀ। ਪਰ ਸਿਰਫ ਸਾਡੀ ਲੜਾਈ ਪੰਥ ਦੀ ਦਿੱਲੀ ਦੇ ਨਾਲ ਹੈ, ਕਾਂਗਰਸ ਦੇ ਨਾਲ ਹੈ, BJP ਦੇ ਨਾਲ ਹੈ, ਆਮ ਆਦਮੀ ਪਾਰਟੀ ਦੇ ਨਾਲ ਹੈ, ਅਤੇ ਸਿਰਫ ਸਿਮਰਨਜੀਤ ਸਿੰਘ ਮਾਨ ਨੂੰ ਭੰਡੀ ਜਾਂਦੇ ਹੈ। ਹੁਣ ਇਹ ਟਾਈਮ ਹੈ ਸਰਦਾਰ ਸੁਖਬੀਰ ਸਿੰਘ ਦਾ ਕਿ ਮੇਰੇ ਮਗਰ ਚੜ੍ਹ ਕੇ ਮੈਨੂੰ ਹਰਾ ਕੇ ਅਤੇ ਫਿਰ ਤੁਸੀਂ ਆਮ ਪਾਰਟੀ ਜਾਂ ਕਾਂਗਰਸ ਜਾਂ BJP ਨੂੰ ਜਿਤਾਉਣਾ ਚਾਹੁੰਦੇ ਹੋ। ਦੂਸਰੀ ਗੱਲ ਹੈ ਕਿ ਤੁਹਾਡੇ ਬਾਪੂ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਖ਼ਤ ਬਿਮਾਰ ਹੈ, PGI ਤੋਂ ਤਬਦੀਲ ਹੋ ਕੇ ਇੱਕ ਨਵੇਂ ਹੋਸਪਿਟਲ 'ਚ ਦਾਖਲ ਹੋਏ ਹੋਏ ਹੈ। ਪੁੱਤ ਦਾ ਮਤਲਬ ਹੁੰਦਾ ਕਿ ਮੈਂ ਜਦੋਂ ਮੇਰਾ ਬਜ਼ੁਰਗ ਬਹੁਤ ਬਿਰਧ ਹੋ ਜਾਏ ਉਹਦੇ ਸਿਰਹਾਣੇ ਬੈਠਾਂ, ਉਹਦੇ ਪੈਰ ਘੁੱਟਾਂ, ਉਹਦੀ ਗੱਲ ਸੁਣਾਂ। ਤੁਸੀਂ ਸਿਰਫ ਅਤੇ ਸਿਰਫ ਸਿਮਰਨਜੀਤ ਸਿੰਘ ਮਾਨ ਦੇ ਮਗਰ ਪੈ ਗਏ ਹੋ। ਹੁਣ ਕੋਈ ਵੀ ਬੰਦੀ ਸਿੰਘ ਨੇ ਤੁਹਾਡੇ ਕੈਂਡੀਡੇਟ ਦੀ ਸਪੋਰਟ ਨਹੀਂ ਕਰ ਰਿਹਾ। ਬੰਦੀ ਸਿੰਘਾਂ ਦੀ ਤੁਸੀਂ ਗੱਲ ਕਰ ਰਹੇ ਹੋ, ਬੰਦੀ ਸਿੰਘ ਤਾਂ ਤੁਸੀਂ ਬਣਾਏ ਹੈ ਬਲੂ ਸਟਾਰ ਦੇ, ਤੁਹਾਡੇ ਪਾਪਾ ਜੀ ਨੇ ਪੂਰੀ ਸਪੋਰਟ ਇੰਦਰਾ ਗਾਂਧੀ ਦੀ ਕਰਕੇ ਬਲੂ ਸਟਾਰ ਕਰਾਇਆ, ਉਦੋਂ ਬਾਅਦ ਤੁਹਾਡੀਆਂ ਸਰਕਾਰਾਂ ਰਹੀਆਂ। ਤੁਸੀਂ ਮੈਨੂੰ ਆਪ ਜੇਲ੍ਹ ਦੇ ਵਿੱਚ ਇੰਨੀ ਵਾਰੀ ਦਿੱਤਾ ਸੁਖਬੀਰ ਸਿੰਘ ਜੀ, ਰਾਤ ਦੇ 2 ਵਜੇ ਮੇਰੇ ਘਰ ਅੰਮ੍ਰਿਤਸਰ ਮੈਨੂੰ ਬਿਸਤਰੇ ਤੋਂ ਉਠਾ ਕੇ ਤਕੜੇ ਤਕੜੇ ਸਿਪਾਹੀ ਜਿਨ੍ਹਾਂ ਦੇ ਮੂੰਹ ਦੇ ਵਿੱਚੋਂ ਸ਼ਰਾਬ ਦੀ ਬੋ ਆਈ ਸੀ, ਮੈਨੂੰ ਚੱਕ ਕੇ ਲੈ ਗਏ। ਤੁਸੀਂ ਦੱਸੋ ਕਿ ਮੈਂ ਤੁਹਾਡਾ ਕਦੇ ਕੀਤਾ ਕੀ ਹੈ, ਕੀ ਨੁਕਸਾਨ ਕੀਤਾ ਕਿ ਤੁਸੀਂ ਸਿਰਫ ਉਸ ਬੰਦੇ ਦੇ ਵੈਰ ਪਏ ਹੋਏ ਹੋ ਜਿਸ ਨੇ ਸਾਰੀ ਜ਼ਿੰਦਗੀ ਪੰਥ ਦੀ ਸੇਵਾ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਨੂੰ ਅੱਗੇ ਲੈ ਕੇ ਮੈਂ ਜਾ ਰਿਹਾ। ਅਤੇ ਮੇਰੇ ਕੋਲ ਕੋਈ ਗਨਮੈਨ ਨਹੀਂ ਹੈ, ਤੁਹਾਡੇ ਕੋਲ SP ਰੈਂਕ ਦਾ ਅਫਸਰ ਹੈ, ਤੁਹਾਡੇ ਕੋਲ ਸੈਂਟਰ ਦੀ ਸਿਕਿਉਰਿਟੀ ਹੈ। ਤਾਂ ਮੇਰਾ ਕਹਿਣ ਦਾ ਮਤਲਬ ਇਹ ਸਾਰਾ ਕੁਛ ਹੀ ਹੈ ਨਾ, ਕਿਉਂ ਕਰਕੇ ਤੁਸੀਂ ਪੰਥਕ ਹੈ ਨਹੀਂ ਗਏ ਅਤੇ ਤੁਸੀਂ ਪੰਥ ਦੇ ਖਿਲਾਫ ਕੰਮ ਕੀਤੇ ਹੈਗੇ ਹੈ। ਕਿਸਾਨਾਂ ਦੇ ਵੀ ਜਿਹੜੇ ਕਾਨੂੰਨ ਸੀਗੇ ਉਹ ਵੀ ਮੋਦੀ ਦੇ ਨਾਲ ਤੁਸੀਂ ਸਹਿਮਤ ਹੋ ਕੇ ਪਾਰਲੀਮੈਂਟ ਦੇ ਵਿੱਚ ਉਹਦੇ ਹੱਕ ਦੇ ਵਿੱਚ ਵੋਟਾਂ ਪਾਈਆਂ, ਤੁਸੀਂ ਸਾਰਾ ਕੁਛ ਕੀਤਾ ਹੈਗਾ। ਅਤੇ ਮੈਨੂੰ ਭੰਡਣ ਦਾ ਪ੍ਰੋਗਰਾਮ ਇੱਕ ਤੁਹਾਡਾ ਬਣ ਚੁੱਕਿਆ। ਹੁਣ ਪਾਪਾ ਜੀ ਦੀ ਸੇਵਾ ਕਰੋ, ਜਿਨ੍ਹਾਂ ਨੇ ਤੁਹਾਨੂੰ ਸਾਰਾ ਕੁਛ, ਤੁਸੀਂ ਲਾਇਕ ਹੈ ਨਹੀਂ ਸੀਗੇ ਇਸ ਅਹੁਦੇ ਦੇ, ਸੱਤ ਪਾੜ ਕੇ ਸਾਰਾ ਕੁਛ ਤੁਹਾਨੂੰ ਸੰਭਾਲਤਾ। ਸੀਨੀਅਰ ਲੀਡਰ ਢੀਂਡਸਾ ਸਾਹਿਬ ਸੀ, ਭੁੰਦੜ ਸਾਹਿਬ ਸੀ, ਹੋਰ ਵੀ ਸੀਗੇ, ਉਹਨਾਂ ਦੇ ਹੱਥ ਤਾਂ ਕਮਾਂਡ ਆਪਣੀ ਬਾਦਲ ਦਲ ਦਾ ਨਹੀਂ ਦਿੱਤਾ। ਤੁਸੀਂ ਟੈਣੇ ਜੇ ਬੰਦੇ ਹੈਗੇ ਹੋ, ਤੁਹਾਡਾ ਕੱਦਕਾਦ ਛੋਟਾ ਹੈ, ਤੁਹਾਡਾ ਮੋਟਾ ਢਿੱਡ ਹੋ ਗਿਆ, ਅਤੇ ਮੇਰਾ ਮਤਲਬ ਦਿਮਾਗ ਦੇ ਵਿੱਚ ਤੁਹਾਡਾ ਕੁਛ ਗ੍ਰੇ ਮੈਟਰ ਹੈ ਨਹੀਂ। ਤੁਸੀਂ ਚੰਗੇ ਸਕੂਲ 'ਚ ਪੜ੍ਹੇ ਹੋ, ਫਿਰ ਪਾਪਾ ਜੀ ਨੇ ਤੁਹਾਨੂੰ ਅਮੈਰੀਕਾ ਭੇਜਿਆ, ਉੱਥੋਂ ਮੌਜ ਮੇਲਾ ਕਰਕੇ ਆ ਗਏ ਹੋ, ਕੋਈ ਤੁਹਾਡੇ ਕੋਲ ਡਿਗਰੀ ਹੈ ਨਹੀਂ ਗੀ। ਪਰ ਇੱਕੋ ਹੀ ਨੁਕਤਾ ਤੁਹਾਨੂੰ ਕਿ ਸਿਮਰਨਜੀਤ ਸਿੰਘ ਮਾਨ ਨੂੰ ਲੰਬਰਦਾਰੀ ਨਹੀਂ ਦੇਣੀ ਪਿੰਡ ਦੀ, ਅਤੇ ਸਾਰਾ ਪਿੰਡ ਮਰ ਜੇ ਪਰ ਸਿਮਰਨਜੀਤ ਸਿੰਘ ਮਾਨ ਨੂੰ ਲੰਬਰਦਾਰੀ ਨਹੀਂ ਦੇਣੀ। ਹੁਣ ਦੱਸੋ ਆਹ ਕੋਈ ਸਿਆਸਤ ਹੈ? ਸਾਡੇ ਸਿਰ ਦੇ ਉੱਤੇ ਕਾਂਗਰਸ ਹੈ, BJP ਹੈ, ਆਮ ਆਦਮੀ ਪਾਰਟੀ ਹੈ,
हिंदुत्व हैगी है, आर एस एस है जेड़ा सानू हड़प साडे मजहब नू करना चाहुंदे है। मुसलमाना दे उत्ते किन्ना अटैक हो रहे है, उन्ना दे घरां दे उत्ते बुलडोजर फेरी जा रहे है। कश्मीर दे विच रोज 8-10 मुसलमान फौज मौत दे घाट उतार दिंदी है। इन्ना दी बबरी मस्जिद ढा के राम मंदिर बनाता है। तुसी उस वेले पार्लियामेंट दे विच सीगे, गोगोई साहब नू पार्लियामेंट का मैंबर बनाता जिन्होंने बतौर चीफ जस्टिस होंदे आ मुसलमाना दी बबरी मस्जिद का फैसला करता कि हिंदुआ का मंदिर है। तुसी कदे भी किसी घट गिनती दे लई खड़े नहीं हुंदे, ना तुसी सिखां दे लई खड़े हुंदे हो। की दे लई खड़े हुंदे हो सानू दसो तां सही। मेरा कहने का मतलब है घर ही पूरा करी जाना, होटल बनाई जाने, प्रॉपर्टी बनाई जानी। मेरा मतलब अगे जाके की तुसी लेखा दोगे रब नू ते संत जरनैल सिंह भिंडरांवालिया नू। तुहाडे पापा जी उन्हां दी छाती दे विच बहुत भारी नुक्स है, उन्हां नू साह बहुत मुश्किल आउंदा है, ते तुसी पापा जी दी सेवा करो, उत्थे जाके लत्तां कुट्टो। जो करके जिहड़ा बाप हुंदा बादल साहब वर्गा, जदों उह अपना अकलेता पलौता पुत देखदा तां मैं हुण कहना तां नहीं चाहुंदा, एहो जिहियां शख्सीयतां दे छाती दे विच वी दुद्ध भरे आउंदा जदों अपने इकलौते बेटे नूं देखदे आ। जाओ जाके हॉस्पिटल उन्हां दी सेवा करो, लत्तां कुट्टो, क्यों मेरे मगर पए होए हो? मैं तां चली जाणा। अच्छा जे मैं हार भी गया फिर मैनू तां कोई फर्क नहीं पैणा हैगा, उह तां सिख कौम दी जिहड़ी सोच है उहनूं फर्क पऊगा, मैनू की फर्क है। अगला इलेक्शन आऊगा मैं फिर हाजिर होऊंगा सिख कौम दे लई, मैं तां लड़ी जाणा सिख कौम दे लई। तुसीं हमेशा ही इह मेरे मगर पए रहोगे? नहीं नहीं, हुण तुसी बापू जी की सेवा करो, उन्हां दे चरणां दे विच बैठो जाके, उन्हां दी छाती दे विच तुहानूं देख के देखो मुस्कराउणगे, उन्हां दी छाती दे विच दुध आजूगा ते कितनी खुशी होगी। हुण मेरी मगर ना पाओ, बापू जी की सेवा करो। वाहेगुरु जी का खालसा, वाहेगुरु जी की फतेह।